ਅਮਰਿਤਪਾਲ ਜਿਹੜਾ ਕਿ ਨੌਜਵਾਨਾਂ ਲਈ ਕੌਮ ਦਾ ਸੂਰਮਾ ਬਣ ਗਿਆ ਨਹੀਂ ਨਹੀਂ ਬਿਲਕੁਲ ਨਹੀਂ ਨਾ ਸੂਰ ਬਣ ਗਿਆ ਨਾ ਸੂਰ ਅਮਰਿਤਪਾਲ ਉੱਪਰ ਪਿਛਲੇ ਦਿਨੀ ਕਾਰਵਾਈ ਕੀਤੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਨੇ ਕੀ ਠੀਕ ਕੀਤਾ ਅਤਵਾਦੀਆਂ ਦੁਆਰਾ ਇੰਨੇ ਹਥਿਆਰ ਹੁੰਦੇ ਸੀਗੇ ਪੁਲਿਸ ਨਾਲੋਂ ਜ਼ਿਆਦਾ ਵਧੀਆ ਵੈਪਨਸ ਹੁੰਦੇ ਸੀ ਪਰ ਕਦੀ ਥਾਣਿਆਂ ਤੇ ਕਬਜ਼ੇ ਨਹੀਂ ਕੀਤੇ ਗਏ ਸਰਕਾਰ ਅਗਰ ਕਾਰਵਾਈ ਨਾ ਕਰਦੀ ਤਾਂ ਹਾਲਾਤ ਕੀ ਹੁੰਦੇ ਕਿੱਦਾਂ ਪੋਸੀਬਲ ਹੋਇਆ ਕਿ ਪੰਜਾਬ ਦੇ ਨੌਜਵਾਨ ਇੰਨੇ ਕੁ ਜ਼ਿਆਦਾ ਭੋਲੇ ਨੇ ਕਿ ਕੋਈ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਪਿੱਛੇ ਲਗਾ ਸਕਦਾ ਹੈ ਪੰਜਾਬ ਦੇ ਜਿਹੜੇ ਲੋਕ ਫ੍ਰੀ ਨੇ ਜਿਹੜੇ ਵਿਲੇ ਨੇ ਮੈਂ ਫਿਰ ਕਹਾਂਗਾ ਵਿਲੇ ਲੰਡੇਰ ਨੇ ਉਹਨਾਂ ਨੂੰ ਆਪਣੇ ਪਿੱਛੇ ਲਾਈ ਫਿਰਦੇ ਖਾਨ ਨੂੰ ਫ੍ਰੀ ਨੂੰ ਪੰਗਰ ਮਿਲਦਾ ਪਾਣ ਨੂੰ ਗੱਡੀਆਂ ਨੂੰ ਪੈਟਰੋਲ ਮਿਲ ਜਾਂਦਾ ਉੱਥੇ ਜਾ ਕੇ ਹੂਲ ਹੁੱਲਣਵਾਜੀ ਕਰਦੇ ਕਾਲ ਤੱਕ ਸਾਹਿਬ ਤੋਂ ਜਥੇਦਾਰ ਦਾ ਬਿਆਨ ਸਾਹਮਣੇ ਆਉਂਦਾ ਜਿੱਤੇ ਕਿ ਉਹ ਕਹਿੰਦੇ ਨੇ ਕਿ 24 ਘੰਟਿਆਂ ਦੇ ਵਿੱਚ ਬੇਕਸੂਰ ਨੌਜਵਾਨਾਂ ਨੂੰ ਛੱਡਿਆ ਜਾਵੇ ਕਾਲ ਤੱਕ ਦੇ ਜਥੇਦਾਰ ਸਾਹਿਬ ਮੈਂ ਕਹਾਂਗਾ ਦੂਜਿਆਂ ਨੇ ਵੀ ਕਹਿਣਾ ਚਾਹਾਂਗਾ ਇੱਕ ਸਪੱਸ਼ਟ ਸੰਦੇਸ਼ ਸਿੱਖ ਸਮਾਜ ਨੂੰ ਦੇਣ ਅੰਮ੍ਰਿਤਪਾਲ ਦੀ ਫੈਮਲੀ ਵੱਲੋਂ ਇੰਨੀ ਗੱਲ ਕਹੀ ਜਾ ਰਹੀ ਹੈ ਕਿ ਧਰਮ ਦਾ ਪ੍ਰਚਾਰ ਕਰਨਾ ਕਿਤੇ ਗਲਤ ਨਹੀਂ ਹੈ ਤੇ ਜੋ ਅੰਮ੍ਰਿਤਪਾਲ ਕਰ ਰਿਹਾ ਅਸੀਂ ਉਸ ਦੇ ਨਾਲ ਆ ਕੋਈ ਗਲਤ ਕੰਮ ਕਰਕੇ ਕੋਈ ਬੱਚਾ ਆਪਣੇ ਮਾਪਿਆਂ ਨੂੰ ਦੱਸਦਾ ਹੁੰਦਾ ਅਮਰਿਤਪਾਲ ਕੀ ਗਲਤ ਕਰ ਰਿਹਾ ਆ? ਆਂਡਰਵਾਲ ਦੇ ਮਾਪਿਓ ਵੀ ਗਲਤ ਨਹੀਂ ਕਰ ਰਹੇ। ਅਮਰਿਤਪਾਲ ਤੇ ਕਾਰਵਾਈ ਪੁਲਿਸ ਕਰਦੀ ਐ, ਤਾਂ ਉਸ ਤੋਂ ਬਾਅਦ ਪੁਲਿਸ ਦੀ ਹੀ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਜਾਂਦੀ ਐ। ਜਿਹੜਾ ਵੀ ਅਮਰਿਤਪਾਲ ਦਾ ਖੇਲ ਖੇលਿਆ ਜਾ ਰਿਹਾ ਜਦੋਂ ਦੇਖਿਆ ਅਮਰਿਤਪਾਲ ਦੇ ਮਗਰ ਦੁਨੀਆ ਲੱਗ ਰਹੀ ਐ, ਚਾਹੇ ਉਹ ਪੈਸੇ ਦੇ ਨਾਲ ਲੱਗ ਰਹੀ ਐ, ਤਾਂ ਉਹਦਾ ਵਿਰੋਧ ਕੀਤਾ ਜਾ ਰਿਹਾ। ਜਦੋਂ ਜਿੰਦਾ ਸੀ ਉਦੋਂ ਗਦਾਰ ਸੀ, ਜਦੋਂ ਮਰ ਜਾਂਦਾ ਉਹ ਸਾਡੇ ਕੌਮ ਦਾ ਹੀਰੋ ਹੋ ਜਾਂਦਾ। ਸਵਾਲ ਐ ਮੇਰਾ। ਲੱਗਦਾ ਕਿ ਇੰਨੇ ਥੋੜੇ ਜਿਹੇ ਸਮੇਂ ਦੇ ਵਿੱਚ ਬਹੁਤ ਘੱਟ ਟਾਈਮ ਦੇ ਵਿੱਚ ਇੰਨਾ ਵੱਡਾ ਨਾਮ ਕਮਾ ਲੈਣਾ ਇੰਨੇ ਲੋਕਾਂ ਨੂੰ ਪਿੱਛੇ ਲਾ ਲੈਣਾ ਗੁਰੂ ਘਰਾਂ ਵਿੱਚੋਂ ਅੱਜ ਫੰਡਿੰਗ ਇਹਨਾਂ ਨੂੰ ਬੰਦ ਹੋ ਜੇ ਗੁਰੂ ਘਰਾਂ ਚੋਂ ਅੱਜ ਲੰਗਰ ਪਾਣੀ ਇਹਨਾਂ ਲਈ ਬੰਦ ਹੋ ਜੇ ਵਿਦੇਸ਼ਾਂ ਚੋਂ ਆਉਣ ਲਈ ਫੰਡਿੰਗ ਅੱਜ ਬੰਦ ਹੋ ਜਵੇ ਇੰਨੇ ਧਰਨੇ ਲੱਗਦੇ ਪਏ ਨੇ ਚਾਹ ਬੰਦੀ ਸਿੰਘਾਂ ਲਾਲਚੇ ਕਿਸਾਨਾਂ ਤੋਂ ਲਾਲਚੇ ਕੁਛ ਔਰ ਲੋ ਕਿਸੇ ਨੇ ਪੰਜਾਬ ਦੀ ਉਮੰਤ ਦੀ ਗੱਲ ਨਹੀਂ ਕਰਨੀ ਇੱਕ ਇੱਕ ਪਰਸਨਲ ਪੰਜਾਬ ਦੀ ਤਰੱਕੀ ਦੀ ਗੱਲ ਨਹੀਂ ਕਰਨੀ ਜਦੋਂ ਗੱਲ ਖਾਲਸਤਾਨ ਦੀ ਕਰੂਗਾ ਜਦੋਂ ਉਹ ਕਰੰਸੀਆਂ ਛਾਪੂਗਾ ਜਦੋਂ ਉਹ ਨਕਸ਼ੇ ਛਾਪੂਗਾ ਜਦੋਂ ਉਹ ਏਕੇਐਫ ਬਣਾਊਗਾ ਪੂਰੇ 3 ਕਰੋੜ ਬੰਦਿਆਂ 'ਚ 500 ਬੰਦਾ ਗੁੰਡਾ ਗੈਂਗ ਚਲਾ ਰਿਆ ਉਹ 500 ਬੰਦੇ ਨੂੰ ਸਰਕਾਰ ਕਾਬੂ ਕਰ ਲਵੇ ਨਾ ਪੰਜਾਬ 'ਚ ਕੁਝ ਵੀ ਨਹੀਂ ਅਸੀਂ ਇੱਕ ਘਰ 'ਚ ਖੇਲ ਖੁੱਦ ਕੇ ਵੱਡੇ ਹੁੰਨੇ ਆ ਫਿਰ ਸਾਡੇ 'ਚ ਮਨਪੇਦ ਪੱਤ ਪੇਦ ਪਾਣ ਵਾਲੇ ਕੋਣ ਨੇ ਜੱਥੇਦਾਰ ਸਾਹਿਬ ਇੱਕ ਗੱਲ ਇੱਕ ਵਾਰੀ ਇਹ ਕਹਿ ਦਿੰਦੇ ਜਾਂਦਾ ਹੈ ਕਿ ਇਹਨਾਂ ਲੋਕਾਂ ਨੂੰ ਜਿਹੜੇ ਕਿ ਅੰਮ੍ਰਿਤਪਾਲ ਦਾ ਸਾਥ ਦੇ ਰਹੇ ਸੀ ਨੌਜਵਾਨ ਉਹਨਾਂ ਨੂੰ ਤਨਖਾਹਾਂ ਵੀ ਦਿੱਤੀਆਂ ਜਾਂਦੀਆਂ ਸੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਵਿਦੇਸ਼ਾਂ 'ਚ ਖਾਲਿਸਤਾਨ ਦੇ ਨਾਮ ਦੀ ਫੈਕਟਰੀ ਲੱਗੀ ਜਾਂ ਦੁਕਾਨਾਂ ਖੁੱਲੀਆਂ ਹੋਈਆਂ ਹਨ ਖਾਲਿਸਤਾਨ ਦੇ ਨਾਮ ਤੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਆਪਣੇ ਘਰ ਪਰੇ ਜਾ ਰਿਹਾ ਉੱਥੇ ਪੰਜਾਬ ਦਾ ਮਾਹੌਲ ਵੀ ਖਰਾਬ ਕੀਤਾ ਜਾ ਰਿਹਾ ਹੈ ਰੋਮ ਨੇ ਕਾਲੀ ਦਲ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚੋਂ ਹੀ ਇੱਕ ਅਜਿਹੇ ਮੈਂਬਰ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਨੇ ਪਹਿਲੇ ਤਾਂ ਅਮਰਿਤਪਾਲ ਨੂੰ ਫੜਨ ਦੇ ਲਈ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਸੀ ਕੁਝ ਵੱਡੇ ਅਕਾਲੀ ਲੀਡਰ ਜਿਹੜੇ ਅੱਜ ਸੱਤਾ ਵਿੱਚ ਥੋੜੀ-ਬਹੁਤੀ ਭੋਗ ਰਹੇ ਆ ਨਵੇਂ-ਨਵੇਂ ਚੁਣੇ ਵੀ ਆ ਮੈਂ ਨਾਂ ਨਹੀਂ ਲੈਣਾ ਮੈਂ ਆਪਣਾ ਮੂੰਹ ਗੰਦਾ ਨਹੀਂ ਕਰਨਾ ਚਾਹੁੰਦਾ ਉਹਨਾਂ ਦਾ ਨਾਂ ਲੈ ਕੇ ਸ਼ਸ਼ੀਕਾ ਜੀ ਮੈਂ ਪ੍ਰਿੰਗਾ ਦੋਸ ਦੇਖ ਰਿਹਾ ਨੈਸ਼ਨ ਪੋਸਟ ਅਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅਮ੍ਰਿਤਪਾਲ ਦੇ ਉੱਪਰ ਵੱਖ-ਵੱਖ ਰਾਜਨੀਤਿਕ ਧਾਰਮਿਕ ਅਤੇ ਕਹਿ ਦਈਏ ਕਿ ਸਮਾਜਿਕ ਪਾਰਟੀਆਂ ਦੇ ਬਿਆਨ ਸਾਹਮਣੇ ਆ ਰਹੇ ਨੇ ਵੱਖ-ਵੱਖ ਤਰੀਕੇ ਦੇ ਨਾਲ ਉਹਨਾਂ ਵੱਲ ਕਾਂਝਕਸੇ ਜਾ ਰਹੇ ਨੇ ਤੇ ਕਿਸੇ ਵੱਲੋਂ ਅਮ੍ਰਿਤਪਾਲ ਦੀ ਹਮਾਇਤ ਕੀਤੀ ਜਾ ਰਹੀ ਹੈ ਤੇ ਕਿਸੇ ਵੱਲੋਂ ਕਠੋਰ ਸ਼ਬਦਾਂ ਦੇ ਵਿੱਚ ਉਸ ਦੀ ਨਿੰਦਾ ਕੀਤੀ ਜਾ ਰਹੀ ਹੈ ਇਸ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹਾਂ ਸ਼ਿਫਸਨਾ ਪੰਜਾਬ ਦੇ ਕੋਲ ਜਿੱਤੂ ਦੇ ਚੇਅਰਮੈਨ ਰਾਜੀਵ ਤੰਦਨ ਜੀ ਮੇਰੇ ਨਾਲ ਨੇ ਸੰਜੀਪ ਠਾਪੜ ਜੀ ਮੇਰੇ ਨਾਲ ਨੇ ਗੱਲਬਾਤ ਕਰਨਗੇ ਇਹਨਾਂ ਦੇ ਨਾਲ ਕੀ ਆਖਿਰਕਾਰ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਨੂੰ ਇਹ ਕਿਵੇਂ ਦੇਖਦੇ ਨੇ ਸਸ਼ਕਾ ਜਕਾਰਾ ਵੀਰ ਬਜਰੰਗੇ ਹਰ ਹਰ ਮਹਾਦੇਵ ਸਰ ਜਿਹੜੀ ਅੰਮ੍ਰਿਤਪਾਲ ਉੱਪਰ ਪਿਛਲੇ ਦਿਨੀ ਕਾਰਵਾਈ ਕੀਤੀ ਗਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਸਰਕਾਰ ਨੇ ਕੀ ਠੀਕ ਕੀਤਾ ਪਹਿਲੀ ਗੱਲ ਤਾਂ ਅਗਰ ਤੁਸੀਂ 1980 ਵਾਲਾ 1991 ਵਾਲਾ ਦੌਰ ਦੇਖਿਆ ਅੱਤਵਾਦ ਵਾਲਾ ਅਗਰ ਉਹਦਾ ਵੀ ਕੰਪੈਰੀਜ਼ਨ ਅੱਜ ਕੱਲ੍ਹ ਦੇ ਹਾਲਾਤਾਂ ਨਾਲ ਕਰੀਏ ਤਾਂ ਉਸ ਵੇਲੇ ਵੀ ਕਦੀ ਅਤਵਾਦੀਆਂ ਦੁਆਰਾ ਇੰਨੇ ਹਥਿਆਰ ਹੁੰਦੇ ਸੀਗੇ ਪੁਲਿਸ ਨਾਲੋਂ ਜ਼ਿਆਦਾ ਵਧੀਆ ਵੈਪਨਸ ਹੁੰਦੇ ਸੀ ਪਰ ਕਦੀ ਥਾਣੇ ਤੇ ਕਬਜ਼ੇ ਨਹੀਂ ਕੀਤੇ ਗਏ ਇਹ ਪਹਿਲੀ ਵਾਰ ਇਤਿਹਾਸਤ ਹੋਇਆ ਹੋਊਗਾ ਵੀ ਕਿਸੇ ਵਿਅਕਤੀ ਦੁਆਰਾ ਗੁਰੂ ਗ੍ਰੰਥ ਸਾਹਿਬ ਦੀ ਆੜ ਲੈ ਕੇ ਪੁਲਿਸ ਸਟੇਸ਼ਨ ਦੇ ਉੱਤੇ ਕਬਜ਼ਾ ਕੀਤਾ ਹੋਵੇ ਦੇਖੋ ਅਗਰ ਸਰਕਾਰ ਕਾਰਵਾਈ ਨਾ ਕਰਦੀ ਸਰਕਾਰ ਅਗਰ ਕਾਰਵਾਈ ਨਾ ਕਰਦੀ ਤਾਂ ਹਾਲਾਤ ਕੀ ਹੁੰਦੇ ਅੱਜ ਇੱਕ ਵਿਅਕਤੀ ਨੇ ਥਾਣੇ ਦੇ ਕਬਜ਼ਾ ਕੀਤਾ ਕੱਲ੍ਹ ਕੋਈ ਐਸ.ਡੀ.ਐਮ ਦੇ ਦਫ਼ਤਰ ਕਬਜ਼ਾ ਕਰ ਲੂਗਾ ਕੋਈ ਐਸ.ਐਸ.ਪੀ ਦਫ਼ਤਰ ਕਬਜ਼ਾ ਕਰ ਲੂਗਾ ਜੋ ਕਾਰਵਾਈ ਕੀਤੀ ਗਈ ਪੰਜਾਬ ਸਰਕਾਰ ਦੁਆਰਾ ਪੁਲਿਸ ਦਾ ਮਨੁਵਲ ਉੱਚਾ ਕਰਨ ਵਾਸਤੇ ਇੱਕ ਕਾਨੂੰਨ ਵਿਵਸਥਾ ਪੰਜਾਬ ਚ ਲਾ ਆ ਆਰਡਰ ਮੇਨਟੇਨ ਕਰਨ ਵਾਸਤੇ ਕਾਨੂੰਨ ਵਿਵਸਥਾ ਬਣਾਉਣ ਵਾਸਤੇ ਜਿਹੜੀ ਕਾਰਵਾਈ ਕੀਤੀ ਗਈ ਬੜੀ ਉਚਿਤ ਕਾਰਵਾਈ ਸਮੇਂ ਅਨੁਸਾਰ ਕੀਤੀ ਗਈ ਹੈ ਜੀ ਸੋ ਕਿਤੇ ਨਾ ਕਿਤੇ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਕਾਰਵਾਈ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਬਿਲਕੁਲ ਸਹੀ ਕਾਰਵਾਈ ਕੀਤੀ ਗਈ ਹੈ ਅਮਰਿਤਪਾਲ ਦੇ ਉੱਪਰ ਇਹ ਕਾਰਵਾਈ ਹੋਣੀ ਬੰਦੀ ਸੀ ਹੋਣੀ ਚਾਹੀਦੀ ਸੀ ਜੇਕਰ ਨਾ ਹੁੰਦੀ ਤਾਂ ਆਉਣ ਵਾਲਾ ਸਮਾਂ ਖਰਾਬ ਹੋ ਸਕਦਾ ਸੀ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਫਿਰ ਕਹਿ ਰਿਹਾ ਜੋ ਅਤਵਾਦ ਦੇ ਦੌਰਾਨ ਨਹੀਂ ਹੋਇਆ ਉਹ ਇਸ ਵਕਤ ਹੋਇਆ ਬਿਲਕੁਲ ਜੋ ਕਾਰਵਾਈ ਕੀਤੀ ਪੰਜਾਬ ਸਰਕਾਰ ਕਾਂਗਾ ਕੇਂਦਰ ਸਰਕਾਰ ਵੀ ਕਾਂਗਾ ਚਾਹੇ ਪੰਜਾਬ ਪੁਲਿਸ ਦੀ ਕਾਰਵਾਈ ਕਾਂਗਾ ਕੇਂਦਰ ਦੀਆਂ ਏਜੰਸੀਆਂ ਦਾ ਵੀ ਕਾਂਗਾ ਬੜਾ ਅੱਛਾ ਪ੍ਰਯਾਸ ਕੀਤਾ ਗਿਆ ਵੀ ਪੰਜਾਬ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਪਿਛੇ ਲਗਾਤਾਰ ਵਿਗੜ ਰਹੀ ਸੀ ਉਹਨੂੰ ਨੱਥ ਪਾ ਲਈ ਜਿਹੜੀ ਵੀ ਇਹ ਕਾਰਵਾਈ ਹੋਈ ਹੈ ਇਹ ਬਿਲਕੁਲ ਬਿਲਕੁਲ ਜ਼ਰੂਰੀ ਹੈ ਜੀ ਅਸੀਂ ਗੱਲ ਕਰਾਂਗੇ ਅਮਰਿਤਪਾਲ ਦਾ ਉੱਥੋਂ ਦੀ ਭੱਜ ਜਾਣਾ ਹੁਣ ਦੀ ਡੇਟ ਦੇ ਵਿੱਚ ਵੀ ਅਮਰਿਤਪਾਲ ਹੈ ਜਿਹੜਾ ਕਿ ਨਹੀਂ ਫੜਿਆ ਗਿਆ ਜਿਸ ਨੂੰ ਲੈ ਕੇ ਵਕਫ ਵਕਫਾਾਂ ਤੇ ਪੁਲਿਸ ਦੀ ਛਾਪੇ ਮਾਰੀ ਜਿਹੜੀ ਕਿ ਚੱਲ ਰਹੀ ਹੈ ਕਿ ਤੁਸੀਂ ਦੇਖ ਰਹੇ ਹੋ ਕਿਤਨਾ ਕਿਤੇ ਪੁਲਿਸ ਉਸ ਨੂੰ ਫੜਨ ਦੇ ਵਿੱਚ ناکਾਮ ਕਿਉਂ ਸਾਬਤ ਹੋ ਰਹੀ ਹੈ ਕਿ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਰਾਜਨੀਤੀ ਇਸ ਦੇ ਵਿੱਚ ਦੇਖੋ ਇਹਦੇ ਵਿੱਚ ਕੀ ਹੁੰਦਾ ਪੁਲਿਸ ਦੇ 32000 ਲੋਕ ਲੱਗੇ ਹੋਏ ਆ ਉਹਨੂੰ ਲੱਭਣ ਦੇ ਵਿੱਚ ਸੈਂਟਰਲ ਏਜੰਸੀਆਂ ਵੀ ਲੱਗੀਆਂ ਹੋਈਆਂ ਕੋ ਪੰਜਾਬ ਦੇ ਵਿੱਚ 3 ਕਰੋੜ ਬੰਦੇ ਰਹਿੰਦੇ ਆ 3 ਕਰੋੜ ਪੰਜਾਬੀ ਰਹਿੰਦੇ ਆ 3 ਕਰੋੜ ਪੰਜਾਬੀਆਂ ਦੇ ਵਿੱਚ ਇੱਕ ਸਿਰਫ 4 ਜਾਂ 500 ਬੰਦਾ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਠੀਕ ਹੈ ਮੈਂ ਮੰਨਦਾ ਅੱਜ ਦੀ ਡੇਟ ਦੇ ਵਿੱਚ ਅਮਰਿਤਪਾਲ ਭੱਜਣ ਦੇ ਵਿੱਚ ਕਾਮਯਾਬ ਹੈ ਪੁਲਿਸ ਲੱਭ ਰਹੀ ਹੈ ਪਰ ਪੁਲਿਸ ਨਾਕਾਮਯਾਬ ਨਹੀਂ ਪੁਲਿਸ ਬੇਆਸ ਨਹੀਂ ਹੈ ਆਨਾਲੇ ਸਮਝਦੇ ਦੇਖੋਗੇ ਜਾਂ ਤਾਂ ਅਮਰਿਤਪਾਲ ਖੁਦ ਸਮਰਪਣ ਕਰੂਗਾ ਜਾਂ ਉਹ ਲੋਕ ਸਾਨੂੰ ਗ੍ਰਿਫਤਾਰ ਕਰੂਗੀ ਉਹਦੀਆਂ ਲਗਾਤਾਰ ਲਗਾਤਾਰ ਉਹਦੀ ਲੋਕੇਸ਼ਨ ਲਗਾਤਾਰ ਉਹਦੀਆਂ ਜਿਹੜੀਆਂ ਫੋਟੋਜ਼ ਆ ਰਹੀਆਂ ਕਿਉਂ ਕਿ ਕਿੱਦਾਂ ਭੱਜ ਰਿਹਾ ਕਿੱਦਾਂ ਨਹੀਂ ਭੱਜ ਰਿਹਾ ਇਹ ਤਪੜ ਜੀ ਇਹ ਵੀ ਪੁੱਛਣਾ ਚਾਹਾਂਗੀ ਮੈਂ ਕਿ ਪੰਜਾਬ ਉਸਦੇ ਅਮਰਿਤਪਾਲ ਦੇ ਫੈਮਿਲੀ ਵੱਲੋਂ ਇੰਨੀ ਗੱਲ ਕਹੀ ਜਾ ਰਹੀ ਹੈ ਕਿ ਧਰਮ ਦਾ ਪ੍ਰਚਾਰ ਕਰਨਾ ਕਿਤੇ ਗਲਤ ਨਹੀਂ ਹੈ ਤੇ ਜੋ ਅਮਰਿਤਪਾਲ ਕਰ ਰਿਹਾ ਅਸੀਂ ਉਸਦੇ ਨਾਲ ਆ ਅਸੀਂ ਪਿੱਛੇ ਨਹੀਂ ਹਟ ਰਹੇ ਉਹਨਾਂ ਵੱਲੋਂ ਸਹੀ ਕਿਰਾਰ ਦਿੱਤਾ ਜਾਵੇ ਇਹਦਾ ਮੈਂ ਜਵਾਬ ਦਿੰਦਾ ਮੇਰਾ ਬੱਚਾ ਨਾ ਮੈਨੂੰ ਪਿਆਰਾ ਹੀ ਲੱਗੂਗਾ ਮੇਰਾ ਬੱਚਾ ਮੇਰੇ ਤੋਂ ਬਾਹਰ ਹੋ ਕੇ ਮੈਨੂੰ ਕੀ ਦੱਸ ਰਿਹਾ ਹੈ ਮੇਰੇ ਤੋਂ ਬਾਹਰ ਉਹ ਆਪ ਕੀ ਕਰ ਰਿਹਾ ਹੈ ਉਹ ਮੈਨੂੰ ਨਹੀਂ ਦੱਸੇਗਾ ਕੋਈ ਗਲਤ ਕੰਮ ਕਰਕੇ ਆ ਕੇ ਕੋਈ ਬੱਚਾ ਆਪਣੇ ਮਾਪਿਆਂ ਨੂੰ ਦੱਸਦਾ ਹੁੰਦਾ ਕੋਈ ਵੀ ਨਹੀਂ ਦੱਸਦਾ ਤੇ ਅੰਮ੍ਰਿਤਪਾਲ ਕੀ ਗਲਤ ਕਰ ਰਿਹਾ ਅੰਮ੍ਰਿਤਪਾਲ ਦੇ ਮਾਪੇ ਵੀ ਗਲਤ ਨਹੀਂ ਕਰ ਰਹੇ ਜਿੰਨਾ ਉਹਨਾਂ ਨੂੰ ਪਤਾ ਓਨੀ ਗੱਲ ਕਰ ਰਹੇ ਆ ਜੀ ਜਿੰਨਾ ਉਹਨਾਂ ਨੂੰ ਨਹੀਂ ਪਤਾ ਦੇਖੋ ਜਿੱਲੇ ਬੱਚਾ ਵੱਡਾ ਹੁੰਦਾ ਹੈ ਲੱਗਦਾ ਹੈ ਕਿ ਅੰਮ੍ਰਿਤਪਾਲ ਦਾ ਔਲਾ ਜਿਹੜਾ ਕਿ ਉਹਦੇ ਪੇਰੈਂਟਸ ਤੋਂ ਰਿਹਾ ਹੈ ਐਦਾਂ ਹੁੰਦਾ ਜਿੱਦਾਂ ਜਿੱਲੇ ਬੱਚਾ ਵੱਡਾ ਹੁੰਦਾ ਨਾ ਘਰ ਦੇਆਂ ਨੂੰ ਬਾਅਦ ਚ ਪਤਾ ਲੱਗਦਾ ਹੁੰਦਾ ਗੋਆਂਢੀਆਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਜੀ ਉਹ ਆ ਕੇ ਦੱਸਦੇ ਵੀ ਤੁਹਾਡਾ ਮੁੰਡਾ ਵੱਡਾ ਹੋ ਗਿਆ ਜੀ ਰਜੀਵ ਜੀ ਸਵਾਲ ਇਹ ਉੱਠਦਾ ਹੈ ਕਿ ਆਖਰਕਾਰ ਇਹ ਕਿਦਾਂ ਪੋਸੀਬਲ ਹੋਇਆ ਕਿ ਪੰਜਾਬ ਦੇ ਨੌਜਵਾਨ ਇੰਨੇ ਕੁ ਜ਼ਿਆਦਾ ਭੋਲੇ ਨੇ ਕਿ ਕੋਈ ਕਿਸੇ ਵੀ ਤਰ੍ਹਾਂ ਉਹਨਾਂ ਨੂੰ ਪਿੱਛੇ ਲਗਾ ਸਕਦਾ ਹੈ ਬਿਲਕੁਲ ਵਿਦੇਸ਼ਾਂ 'ਚ ਬੈਠੇ ਨੇ ਲੋਕ ਬੈਠੇ ਨਹੀਂ ਜਿਹੜੇ ਚਾਹਦੇ ਨੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਜਿਹੜੇ ਚਾਹਦੇ ਨੇ ਪੰਜਾਬ ਚ ਅੱਤਵਾਦ ਦਾ ਮਾਹੌਲ ਬਣਿਆ ਰਵੇ ਉਹ ਲੋਕ ਉਥੋਂ ਫੰਡਿੰਗ ਕਰਕੇ ਪੰਜਾਬ ਦੇ ਜਿਹੜੇ ਲੋਕ ਫਰੀ ਨੇ ਜਿਹੜੇ ਵਿਲੇ ਨੇ ਮੈਂ ਫਿਰ ਕਹਾਂਗਾ ਵਿਲੇ ਲੰਡੇਰ ਨੇ ਉਹਨਾਂ ਨੂੰ ਆਪਣੇ ਪਿੱਛੇ ਲਾਈ ਫਿਰਦੇ ਨੇ ਜੀ ਖਾਨ ਨੂੰ ਫਰੀ ਨੂੰ ਗੰਗਰ ਮਿਲਦਾ ਪਾਣ ਨੂੰ ਗੱਡੀਆਂ ਨੂੰ ਪੈਟਰੋਲ ਮਿਲ ਜਾਂਦਾ ਉੱਥੇ ਜਾ ਕੇ ਹੂਲ ਹੁੱਲਣਵਾਜੀ ਕਰਨੀ ਕਿਹਾ ਜਾਂਦਾ ਹੈ ਕਿ ਇਹਨਾਂ ਲੋਕਾਂ ਨੂੰ ਜਿਹੜੇ ਕਿ ਅੰਮ੍ਰਿਤਪਾਲ ਦਾ ਸਾਥ ਦੇ ਰਹੇ ਸੀ ਨੌਜਵਾਨ ਉਹਨਾਂ ਨੂੰ ਤਨਖਾਹਾਂ ਵੀ ਦਿੱਤੀਆਂ ਜਾਂਦੀਆਂ ਸੀ ਕਿੱਥੋਂ ਵੀ ਕਹਿ ਰਹੇ ਨੇ ਵਿਦੇਸ਼ਾਂ ਜਿਹੜੇ ਲੋਕ ਬੈਠੇ ਨੇ ਜਿਹੜੇ ਲੋਕ ਨਹੀਂ ਚਾਹੁੰਦੇ ਵੀ ਪੰਜਾਬ ਦਾ ਮਾਹੌਲ ਸੁਖਾਣਾ ਹੋਵੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਵਿਦੇਸ਼ਾਂ 'ਚ ਖਾਲਿਸਤਾਨ ਦੇ ਨਾਮ ਦੀ ਫੈਕਟਰੀ ਲੱਗੀ ਹੋਈ ਹੈ ਦੁਕਾਨਾਂ ਖੁੱਲੀਆਂ ਹੋਈਆਂ ਖਾਲਿਸਤਾਨ ਦੇ ਨਾਮ ਤੋਂ ਪੈਸਾ ਇਕੱਠਾ ਕੀਤਾ ਜਾ ਰਿਹਾ ਆਪਣੇ ਘਰ ਪਰੇ ਜਾ ਰਿਹਾ ਉੱਥੇ ਪੰਜਾਬ ਦਾ ਮਾਹੌਲ ਵੀ ਖਰਾਬ ਕੀਤਾ ਜਾ ਰਿਹਾ ਆਰ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਤੁਸੀਂ ਸੁਣਿਆ ਹੋਊਗਾ ਟ੍ਰੈਵਲ ਏਜੰਸੀ ਇਸਲੇ ਦਿਨੀ ਕੁਛ ਵੱਡੇ ਅਕਾਲੀ ਲੀਡਰ ਜਿਹੜੇ ਅੱਜ ਸੱਤਾ ਵਿੱਚ ਥੋੜੀ ਬਹੁਤੀ ਭੋਗ ਰਹੇ ਆ ਨਵੇਂ-ਨਵੇਂ ਚੁਣੇ ਵੀ ਆ ਮੈਂ ਨਾਂ ਨਹੀਂ ਲੈਣਾ ਮੈਂ ਆਪਣਾ ਮੂੰਹ ਗੰਦਾ ਨਹੀਂ ਕਰਨਾ ਚਾਹੁੰਦਾ ਉਹਨਾਂ ਦਾ ਨਾਂ ਲੈ ਕੇ ਮੈਂ ਤਵੇਰ ਪਾਰਲੀਮੈਂਟ ਵੀ ਬਣੇ ਨੇ ਉਹਨਾਂ ਲੋਕਾਂ ਦੀਆਂ ਸੰਸਥਾਵਾਂ ਦੀਆਂ ਲੈਟਰਾਂ ਲੱਖ-ਲੱਖ ਰੁਪਏ ਚ ਵਿਕਦੀਆਂ ਰਹੀਆਂ ਉਹ ਟਰੈਵਲ ਏਜੰਸੀਆਂ ਲਈ ਵਾਸਤੇ ਹਾਂ ਵੀ ਹਾਂ ਵੀ ਆਰ ਲਾਈਨ ਵਾਸਤੇ ਗੱਲ ਨੂੰ ਸਮਝੋ ਇਹ ਜ਼ਿਲ੍ਹੇ ਦੇਖਦੇ ਆ ਨਾ ਜਿਨ੍ਹਾਂ ਲੋਕਾਂ ਨੇ ਉੱਥੇ ਜਾ ਕੇ ਬਸਣਾ ਇਹ ਪੰਜਾਬ ਦਾ ਕਹਾਣ ਕਰਦੇ ਆ ਜੀ ਪੰਜਾਬ ਦਾ ਬੇੜਾ ਗਰਕ ਕਿਸੇ ਨੇ ਨਹੀਂ ਕੀਤਾ ਪੰਜਾਬ ਪੰਜਾਬ ਦਾ ਬੇੜਾ ਗਰਕ ਬਾਰ ਗਏ ਪੰਜਾਬੀਆਂ ਨੇ ਕੀਤਾ ਜੀ ਪਾਰ ਗਏ ਪੰਜਾਬੀਆਂ ਦੇ ਨਾਲ-ਨਾਲ ਗੱਲ ਕਰਾਂਗੇ ਇਥੋਂ ਦੀ ਰਾਜਨੀਤੀ ਪਾਰਟੀਆਂ ਦੀਆਂ ਉਹ ਜੇ ਤੁਸੀਂ ਸਟ੍ਰੋਮ ਨਕਾਲੀ ਦਲ ਦੀ ਗੱਲ ਕੀਤੀ ਹੈ ਤਾਂ ਉਹਦੇ ਵਿੱਚੋਂ ਹੀ ਇੱਕ ਅਜਿਹੇ ਮੈਂਬਰ ਦਾ ਬਿਆਨ ਸਾਹਮਣੇ ਆਇਆ ਸੀ ਜਿਸ ਨੇ ਪਹਿਲੇ ਤਾਂ ਅਮਰਿਤਪਾਲ ਨੂੰ ਫੜਨ ਦੇ ਲਈ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਸੀ ਪਰ ਬਾਅਦ ਦੇ ਵਿੱਚ ਜਦੋਂ ਅਮਰਿਤਪਾਲ ਤੇ ਕਾਰਵਾਈ ਪੁਲਿਸ ਕਰਦੀ ਹੈ ਤਾਂ ਉਸ ਤੋਂ ਬਾਅਦ ਪੁਲਿਸ ਦੀ ਹੀ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਜਾਂਦੀ ਹੈ ਬਿਲਕੁਲ ਸਿੱਖਾਂ ਦੇ ਸੈਂਟੀਮੈਂਟਲ ਸਿੱਖ ਸਮਾਜ ਦੇ ਸੈਂਟੀਮੈਂਟਲ ਨਾਲ ਖੇਡਿਆ ਜਾ ਰਿਹਾ ਹੈ ਜਿਹੜਾ ਵੀ ਅਮਰਿਤਪਾਲ ਦਾ ਖੇਲ ਖੇលਿਆ ਜਾ ਰਿਹਾ ਜਦੋਂ ਦੇਖਿਆ ਅਮਰਿਤਪਾਲ ਦੇ ਮਗਰ ਦੁਨੀਆ ਲੱਗ ਰਹੀ ਹੈ ਚਾਹੇ ਉਹ ਪੈਸੇ ਦੇ ਨਾਲ ਲੱਗ ਰਹੀ ਹੈ ਤਾਂ ਉਹਦਾ ਵਿਰੋਧ ਕੀਤਾ ਜਾ ਰਿਹਾ ਮੈਨੂੰ ਇੱਕ ਗੱਲ ਹੀ ਸਮਝ ਆਉਂਦੀ ਜਦੋਂ ਤੁਸੀਂ ਸਿੱਧੂ ਲਾਲੋ ਜਦੋਂ ਸਿੱਧੂ ਜਿੰਦਾ ਸੀ ਉਦੋਂ ਗੱਦਾਰ ਸੀ ਜਦੋਂ ਮਰ ਜਾਂਦਾ ਉਹ ਸਾਡੇ ਕੌਮ ਦਾ ਹੀਰੋ ਹੋ ਜਾਂਦਾ ਇੱਕ ਸਵਾਲ ਹੈ ਮੇਰਾ ਵੀ ਇੱਕ ਸਿੱਖ ਸਮਾਜ ਦੇ ਕੱਟੜਵਾਦੀ ਲੀਡਰਾਂ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਜਦੋਂ ਵਿਅਕਤੀ ਕੋਈ ਜਿੰਦਾ ਹੁੰਦਾ ਤਾਂ ਉਹ ਕੀ ਹੁੰਦਾ ਗੱਦਾਰ ਜਦੋਂ ਮਰ ਜਾਂਦਾ ਉਹ ਸਾਡੇ ਕੌਮ ਦਾ ਸੁਰਮਾ ਹੋ ਜਾਂਦਾ ਜੀ ਤਾਂ ਸੁਣਾ ਤੇ ਤੁਹਾਨੂੰ ਹੁਣ ਇਹ ਲੱਗ ਰਿਹਾ ਕਿ ਅੰਮ੍ਰਿਤ ਪਾਲ ਜਿਹੜਾ ਕਿ ਨੌਜਵਾਨਾਂ ਲਈ ਕੌਮ ਦਾ ਸੂਰਮਾ ਬਣ ਗਿਆ ਨਹੀਂ ਨਹੀਂ ਬਿਲਕੁਲ ਨਹੀਂ ਨਾ ਸੂਰ ਬਣ ਗਿਆ ਨਾ ਸੂਰ ਦੇਖੋ ਕਿੰਨੇ ਹੀ ਵਿਕਤੀਆਂ ਨੂੰ ਅੱਜ ਜੇਲ੍ਹ ਦੀ ਹਵਾ ਖਾਣੀ ਪੈ ਰਹੀ ਹੈ ਜਾਂ ਪੁਲਿਸ ਦਾ ਛੋਟਾ ਮੋਟਾ ਟੌਰਚਰ ਸਹਿਣਾ ਪੈ ਰਿਹਾ ਹੈ ਪੰਜਾਬ ਦੇ ਲਈ ਨਾ ਸੂਰ ਬਣ ਗਿਆ ਪਰ ਜਿਹੜਾ 2 4 500 ਬੰਦਿਆਂ ਦਾ ਗੈਂਗ ਹੈ ਨਾ ਪੰਜਾਬ ਦੇ ਵਿੱਚ ਉਹਨਾਂ ਦੇ ਆਈਕਨ ਬਣ ਗਏ ਤੁਹਾਨੂੰ ਕੀ ਲੱਗਦਾ ਹੈ ਕਿ ਇੰਨੇ ਥੋੜੇ ਜਿਹੇ ਸਮੇਂ ਦੇ ਵਿੱਚ ਬਹੁਤ ਘੱਟ ਟਾਈਮ ਦੇ ਵਿੱਚ ਇੰਨਾ ਵੱਡਾ ਨਾਮ ਕਮਾ ਲੈਣਾ ਇੰਨੇ ਲੋਕਾਂ ਨੂੰ ਪਿੱਛੇ ਲਾ ਲੈਣਾ ਕੀ ਕਾਰਨ ਹੋ ਸਕਦਾ ਦੋ ਤਿੰਨ ਚੀਜ਼ਾਂ ਇੱਕ ਤਾਂ ਪੈਸਾ ਇੱਕ ਸੈਂਟੀਮੈਂਟਸ ਸਿਕ ਸੈਂਟੀਮੈਂਟਸ ਪੰਜਾਬੀ ਮੈਂ ਤਾਂ ਦੂਜੇ ਪਾਸੇ ਗੱਲ ਕਰ ਪੰਜਾਬ ਦਾ ਜਿਹੜਾ ਸੁਭਾਅ ਦੇ ਵਿੱਚ ਅੱਜ ਫੰਡਿੰਗ ਬੰਦ ਹੋ ਜੇ ਗੁਰੂ ਘਰਾਂ ਵਿੱਚੋਂ ਅੱਜ ਫੰਡਿੰਗ ਇਹਨਾਂ ਨੂੰ ਬੰਦ ਹੋ ਜੇ ਗੁਰੂ ਘਰਾਂ ਚੋਂ ਅੱਜ ਲੰਗਰ ਪਾਣੀ ਇਹਨਾਂ ਲਈ ਬੰਦ ਹੋ ਜੇ ਵਿਦੇਸ਼ਾਂ ਚੋਂ ਆਉਣ ਲਈ ਫੰਡਿੰਗ ਅੱਜ ਬੰਦ ਹੋ ਜਵੇ ਅੱਜ ਜਿਹੜਾ ਤੁਹਾਨੂੰ ਕਨਵਾ ਦਿੱਦੋ ਨਾ ਧਰਨਿਆਂ ਦਾ ਇਹ ਨਾਲ ਹੀ ਬੰਦ ਹੋ ਗਿਆ ਅਗਲਾ ਤੁਸੀਂ ਮੋਹਾਲੀ ਵਾਲਾ ਮੋਰਚਾ ਜਦੋਂ ਗੁਰੂ ਘਰ ਹਲ ਗੁਰੂ ਘਰ ਦੀ ਸਮਾਹ ਨੇ ਕਿਹਾ ਵੀ ਸਾਡੇ ਜਿਹੜੇ ਸ਼ਰਧਾਲੂ ਆ ਉਹਨਾਂ ਨੂੰ ਦਿੱਕਤ ਆ ਰਹੀ ਕਿੱਥੇ ਗਿਆ ਮੋਰਚਾ ਦੇਖੋ ਨਾ ਤਾਂ ਅੱਜ ਆਹ ਰੰਗ ਸਾਹਮਣੇ ਆ ਅੱਜ ਕੁਰ ਦੇ ਦੁਆਰਾ ਪ੍ਰਬੰਧ ਕਮੇਟੀ ਕਹਿ ਦੋਏ ਵੀ ਜਿਹੜੀ ਗੁੰਡਾਗਰਦੀ ਗੁੰਡਾਗਰਦੀ ਗੈਂਗ ਹੈ ਜਿਹੜਾ ਜਿਹੜਾ ਗੁੰਡਾ ਗੈਂਗ ਹੈ ਸੇਕੋ ਸੰਗਤਾਨੋਂ ਨਹੀਂ ਗੁੰਡਾਗਰਦੀ ਗੈਂਗ ਨੂੰ ਤੁਹਾਡੀ ਗੱਲ ਤੇ ਆਨੀਆਂ ਬੀਤੇ ਦਿਨੀ ਜਿਹੜਾ ਕਿ ਇਹ ਜਥੇਦਾਰ ਅਕਾਲ ਤਖਤ ਸਾਹਿਬ ਸਰਕਾਲ ਤਖਤ ਸਾਹਿਬ ਤੋਂ ਜਥੇਦਾਰ ਦਾ ਬਿਆਨ ਸਾਹਮਣੇ ਆਉਂਦਾ ਜਿੱਥੇ ਕਿ ਉਹ ਕਹਿੰਦੇ ਨੇ ਕਿ 24 ਘੰਟਿਆਂ ਦੇ ਵਿੱਚ ਬੇਕਸੂਰ ਨੌਜਵਾਨਾਂ ਨੂੰ ਛੱਡਿਆ ਜਾਵੇ ਉਸਤੇ ਮੁੱਖ ਮੰਤਰੀ ਦਾ ਬਿਆਨ ਵੀ ਪੰਜਾਬ ਦੇ ਦਾ ਸਾਹਮਣੇ ਆਉਂਦਾ ਕਿਵੇਂ ਦੇਖਦੇ ਹੋ ਇਹਨਾਂ ਦੇ ਬਿਆਨ ਪਹਿਲੀ ਗੱਲ ਤਾਂ ਜੋ ਹਾਲਾਤ ਪੰਜਾਬ ਦੇ ਚੱਲਦੇ ਪਏ ਨਹੀਂ ਕਾ ਸਕਦੇ ਜਥੇਦਾਰ ਸਾਹਿਬ ਜਾਨੀ ਹਰਪੀਤ ਸਿੰਘ ਜੀ ਪੀ ਐਚ ਡੀ ਨੇ ਬੜੇ ਪੜੇ ਲਿਖੇ ਵਿਅਕਤੀ ਨੇ ਅਗਰ ਉਹ ਚਾਹਣ ਤਾਂ ਪੰਜਾਬ ਦਾ ਮਾਹੌਲ ਇੱਕ ਦਿਨ ਦੇ ਅੰਦਰ ਨਿਸ਼ਾਂਤ ਹੋ ਸਕਦਾ ਜੀ ਜਿਹੜਾ ਵੀ ਕੋਨਵਾ ਲੋਗ ਲਗ ਲਗ ਜਿੱਥੇ ਲੈ ਕੇ ਚੱਲਦੇ ਫਿਰਦੇ ਨੇ ਧਰਨੇ ਲਾਉਂਦੇ ਨੇ ਪ੍ਰਦਰਸ਼ਨ ਲਾਉਂਦੇ ਨੇ ਅਗਲੇ ਜਥੇਦਾਰ ਸਾਥ ਚਾਨ ਇੱਕ ਦਿਨ ਦੇ ਅੰਦਰ ਅੰਦਰ ਪੰਜਾਬ ਦਾ ਮਾਹੌਲ ਸ਼ਾਂਤ ਹੋ ਸਕਦਾ ਪੰਜਾਬ 29 ਵਾਲੇ ਪਾਸੇ ਪੰਜਾਬ 31 ਵਾਲੇ ਪਾਸੇ ਜਾ ਸਕਦਾ ਪਰ ਜਥੇਦਾਰ ਸਭ ਨੂੰ ਇੱਕ ਸੰਦੇਸ਼ ਸਿੱਖ ਸਮਾਜ ਨੂੰ ਦੇਣਾ ਪਏਗਾ ਵੀ ਜਿਹੜਾ ਸਿੱਖ ਸਮਾਜ ਹੈ ਸਾਡਾ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਚੱਲੇ ਇਹ ਖਾਲਿਸਤਾਨ ਦੀ ਵਿਚਾਰਧਾਰਾ ਦੇ ਅਨੁਸਾਰ ਚੱਲੇ ਇਹ ਸਾਡੇ ਸੰਦੇਸ਼ ਸਾਡੇ ਕਾਲੀ ਸਾਡੇ ਜਥੇਦਾਰ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਖਾਲਿਸਤਾਨੀ ਵਿਚਾਰਧਾਰਾ ਨੂੰ ਨਾਲ ਲੈ ਕੇ ਚੱਲਦੇ ਨੇ ਜਥੇਦਾਰ ਮੈਂ ਇੱਕ ਤੁਹਾਨੂੰ ਇੱਕ ਮੈਸੇਜ ਦੇ ਰਿਹਾ ਲਗ ਲਗ ਜਿਹੜੇ ਜਥੇਬੰਦੀਆਂ ਗੁੱਟ ਬਣੇ ਹੋਏ ਨੇ ਪੰਜਾਬ ਦੇ ਵਿੱਚ ਜਿਹੜਾ ਦੇਖਦਾ ਆਏ ਦਿਨ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਮੋਰਚਾ ਖੋਲ੍ਹ ਦਿੰਦਾ ਚਾਹ ਖਾਲਿਸਤਾਨ ਨੂੰ ਲੈ ਕੇ ਖੋਲ੍ਹ ਦਿੰਦਾ ਚਾਹ ਕਿਸੇ ਨੂੰ ਬੰਦੀ ਅਤਵਾਦੀਆਂ ਨੂੰ ਲੈ ਕੇ ਖੋਲ੍ਹ ਦਿੰਦਾ ਅਗਰ ਸਾਡੇ ਕਾਲ ਤੱਕ ਦੇ ਜਥੇਦਾਰ ਸਾਹਿਬ ਮੈਂ ਕਹਾਂਗਾ ਦੂਜਿਆਂ ਲਈ ਵੀ ਕਹਿਣਾ ਚਾਹਾਂਗਾ ਇੱਕ ਸਪਸ਼ਟ ਸੰਦੇਸ਼ ਸਿੱਖ ਸਮਾਜ ਨੂੰ ਦੇਣ ਇਸ ਭਾਰ ਦਾ ਜਿਹੜਾ ਸਿੱਖਾ ਉਹ ਭਾਰ ਦੇ ਸੰਵਿਧਾਨ ਦੇ ਅਨੁਸਾਰ ਚੱਲੇਗਾ ਨਾ ਕਿ ਖਾਲਿਸਤਾਨ ਵਿਚਾਰਧਾਰਾ ਦੇ ਅਨੁਸਾਰ ਚੱਲੇਗਾ ਜਿਹੜੀ ਗੱਲ ਕਰਦੇ ਨੇ ਜੱਤੇਦਾਰ ਸਾਹਿਬ ਵੀ ਜਿਹੜੇ ਬੇਕਸੂਰ ਬੱਚੇ ਫੜੇ ਗਏ ਨੇ ਬੇਕਸੂਰਾਂ ਲਈ ਤਾਂ ਹਰ ਕੋਈ ਆਵਾਜ਼ ਉਠਾਏਗਾ ਪਰ ਉਹਨੂੰ ਮੁੱਦਾ ਨਹੀਂ ਬਣਾਇਆ ਜਾਣਾ ਚਾਹੀਦਾ ਸਰਕਾਰ ਅਗਰ ਸ਼ਾਂਤੀ ਲਈ ਕੰਮ ਕਰ ਰਹੀ ਹੈ ਸਰਕਾਰ ਕਾਨੂੰਨ ਵਿਵਸਥਾ ਲਈ ਕੰਮ ਕਰ ਰਹੀ ਹੈ ਤਾਂ ਉਹਨੂੰ ਕਰਨ ਦੇਣਾ ਚਾਹੀਦਾ ਇਹ ਐਸਜੀਪੀਸੀ ਜਾਂ ਆਕਾਲ ਤਖਤ ਦਾ ਮੁੱਦਾ ਨਹੀਂ ਹੋਣਾ ਚਾਹੀਦਾ ਇਹ ਇੱਕ ਰਿਕਵੈਸਟ ਸਰਕਾਰ ਨੂੰ ਸੁਝਾਅ ਹੋਣਾ ਚਾਹੀਦਾ ਵੀ ਇਹਨਾਂ ਦੀ ਜਾਂਚ ਕਰਕੇ ਕਿ ਸਰਕਾਰ ਨੂੰ ਅਲਟੀਮੇਟਮ ਦਿੱਤਾ ਦਰ ਹੈ ਜੋ ਵੀ ਘੰਟਿਆਂ ਅੰਦਰ ਉਸ ਨੂੰ ਕਿਵੇਂ ਦੇਖੋ ਅਸੀਂ ਉਹਨਾਂ ਦੀ ਹਰ ਗੱਲ ਨੂੰ ਜਿੱਥੇ ਉਹ ਸਿੱਖ ਸਮਾਜ ਦੇ ਮੋਢੀ ਨੇ ਉੱਥੇ ਪੰਜਾਬ ਨੂੰ ਵੀ ਕਿਤੇ ਨਾ ਕਿਤੇ ਪੰਜਾਬ ਦਾ ਹਿੰਦੂ ਵੀ ਉਹਨਾਂ 'ਚ ਵਿਸ਼ਵਾਸ ਰੱਖਦਾ ਅਕਾਲ ਤਖਤ 'ਚ ਵੀ ਰੱਖਦਾ ਹਰਿਮੰਦਰ ਸਾਹਿਬ 'ਚ ਵੀ ਰੱਖਦਾ ਐਸੀ ਕੋਈ ਗੱਲ ਨਹੀਂ ਹੈ ਕਿ ਸਿੱਖ ਹਿੰਦੂ ਲੱਗਣੇ ਹਿੰਦੂ ਲੱਗਣੀ ਹਿੰਦੂ ਅੱਜ ਅਕਾਲ ਤਖਤ ਤੋਂ ਬੈਠ ਕੇ ਗੁਰੂ ਹਰਪ੍ਰੀਤ ਜੀ ਕਹਿਣ ਕਿ ਕੋਈ ਬਿਆਨ ਨਹੀਂ ਕਰੂਗਾ ਚਾਹੇ ਉਹ ਸ਼ਿਵਸਣਾ ਵਾਲੇ ਨੇ ਚਾਹੇ ਉਹ ਗਰਮਖਿਆਲੀ ਨੇ ਅਸੀਂ ਉਹਨੂੰ ਅਸੀਂ ਅੰਦਰ ਕਰਾਵਾਂਗੇ ਪਰ ਤਾਂ ਅਸੀਂ ਪਹਿਲਾਂ ਹਟਾਂਗੇ ਪਰ ਤਾਂ ਇੱਕ ਗੱਲ ਅਸੀਂ ਪਹਿਲਾਂ ਹਟਾਂਗੇ ਕਾਲ ਤੱਕ ਦੇ ਜਥੇਦਾਰ ਸਾਹਿਬ ਇੱਕੋ ਗੱਲ ਕਹਿ ਦੇਣ ਆਪਣੇ ਉੱਥੋਂ ਬਹਿ ਕੇ ਕਾਲ ਤੱਕ ਤੋਂ ਇੱਕ ਮਾਂ ਦੇ ਦੋ ਪੁੱਤਰ ਇੱਕ ਪਗੜੀਦਾਰੀ ਕਬੀਨਾ ਪਗੜੀਦਾਰੀ ਇੱਕ ਘਰ ਚ ਦੀ ਖੇਲ-ਕੂਦ ਕੇ ਵੱਡੇ ਹੁੰਨੇ ਆ ਅਸੀਂ ਇੱਕ ਘਰ ਚ ਖੇਲ-ਕੂਦ ਕੇ ਵੱਡੇ ਹੁੰਨੇ ਆ ਫਿਰ ਸਾਡੇ ਚ ਮਨਪੇਦ ਪੱਤ ਪੇਦ ਪਾਣ ਵਾਲੇ ਕੋਣ ਨੇ ਜਥੇਦਾਰ ਸਾਹਿਬ ਇੱਕ ਗੱਲ ਇੱਕ ਵਾਰੀ ਇਹ ਕਹਿ ਦੇਣ ਦੇ ਕੋਪਨ ਦਾ ਆਦਮ ਹੋਰ ਕਿੱਥੇ ਜਾਂਦਾ ਬਿਲਕੁਲ ਜੀ ਜੀ ਤੁਹਾਡੇ ਵੱਲੋਂ ਵੀ ਪਿਛਲੇ ਦਿਨੀ ਜਿਹੜੀ ਕਿ ਖਾਲਸ ਰਾਜ ਦੀ ਗੱਲ ਕੀਤੀ ਜਾਂਦੀ ਹੈ ਅੱਜ ਕੀ ਉਹ ਰਾਜ ਤੁਸੀਂ ਅੱਜ ਵੀ ਮੰਗ ਰਹੇ ਹੋ ਬਿਲਕੁਲ ਅਸੀਂ ਤਾਂ ਕਹਿੰਦੇ ਆ ਵੀ ਪੰਜਾਬ ਨੂੰ ਲੋੜ ਆ ਪਿਓਰ ਸ਼ੁੱਧ ਖਾਲਸ ਰਾਜ ਦੀ ਪ੍ਰਭੂ ਸ਼੍ਰੀ ਰਾਮ ਜੀ ਵਰਗਾ ਰਾਜ ਮਹਾਰਾਜ ਰਜੀਤ ਸਿੰਘ ਵਰਗਾ ਰਾਜ ਜਿੱਥੇ ਨਾ ਕੋਈ ਧਰ ਜਿੱਥੇ ਨਾ ਕੋਈ ਬੇਸ ਜਿੱਥੇ ਨਾ ਕੋਈ ਗੈਂਗਸਟਰ ਜਿੱਥੇ ਨਾ ਕੋਈ ਅਤਵਾਦ ਬਿਲਕੁਲ ਅਸੀਂ ਇਹ ਗੱਲ ਕਰ ਰਹੇ ਆ ਵੀ ਪੰਜਾਬ ਨੂੰ ਲੋੜ ਆ ਖਾਲਿਸਤਾਨ ਦੀ ਨਹੀਂ ਖਾਲਸ ਪਿਓਰ ਸ਼ੁੱਧ ਗਾਂ ਵਰਗੇ ਦੁੱਧ ਵਰਗੀ ਰਾਜਾ ਪ੍ਰਭੂ ਸ਼੍ਰੀ ਰਾਮ ਜੀ ਦਾ ਰਾਜ ਮਹਾਰਾਜ ਰਣਜੀਤ ਸਿੰਘ ਦਾ ਰਾਜ ਦੀ ਲੋੜ ਹੈ ਸਾਨੂੰ ਜੀ ਇਸ ਨੂੰ ਤਾਂ ਨਹੀਂ ਲੱਗਦਾ ਕਿਤੇ ਇਹ ਮੁੱਦੇ ਹੁਣ ਇਲੈਕਸ਼ਨਸ ਦੇ ਨਜ਼ਦੀਕ ਆਉਣ ਦੇ ਕਾਰਨ ਵੀ ਚੁੱਕੇ ਜਾਂਦੇ ਨੇ ਕਿਤੇ ਸਿਆਸਤਦਾਨ ਆਪਣੀਆਂ ਰੋਟੀਆਂ ਜਿਹੜੀਆਂ ਕਿਸੇਕਨ ਦੀ ਗੱਲ ਵੀ ਕਰਦੇ ਨੇ ਕਿਉਂਕਿ ਫਿਰ ਤੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਕਈ ਸਿਆਸਤਦਾਨ ਐ ਜਿਹੜੇ ਕਿ ਕੁਦਰੇ ਲਖੋ ਹਿੰਦੁਸਤਾਨ ਦੇ ਵਿੱਚ ਜਿਲ੍ਹੇ ਜਿਲ੍ਹੇ ਰਾਜ ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਜਿਹੜੇ ਆਉਂਦੇ ਜਾਂ ਕੋਈ ਵੀ ਆਮ ਚੋਣ ਆਉਂਦੇ ਹਨ ਇਦਾਂ ਦੇ ਮੁੱਦੇ ਚੱਕੇ ਜਾਂਦੇ ਆ ਕਿਸੇ ਨਾ ਕਿਸੇ ਸਟੇਟ ਤੋਂ ਚੱਕੇ ਜਾਂਦੇ ਆ ਬਟ ਅਸੀਂ ਦੇਖਣਾ ਅਸੀਂ ਪੰਜਾਬੀਆਂ ਨੇ ਮਿਲ ਕੇ ਦੇਖਣਾ ਵੀ ਅਸੀਂ ਪੰਜਾਬ ਨੂੰ ਕਿੱਦਾਂ ਬਚਾਣਾ ਪੰਜਾਬ ਤਾਂ ਤਾਂ ਪਹਿਲਾਂ ਹੀ ਘਾਣ ਬਹੁਤ ਹੋਇਆ ਹੋਇਆ ਪੂਰਾ ਪੰਜਾਬ ਤਾਂ ਖਾਲੀ ਹੋ ਗਿਆ ਨੌਜਵਾਨੀ ਸਾਡੀ ਸਾਰੀ ਚਲੇ ਗਈ ਕੁਝ ਨੌਜਵਾਨੀ ਸਾਡੀ ਨਸ਼ੇ 'ਚ ਲੱਗੀ ਕੁਝ ਬਾਹਰ ਚਲੀ ਗਈ ਇੱਥੇ ਤਾਂ ਪੰਜਾਬ ਐਕਚੁਅਲੀ ਬੁੜਾ ਹੋ ਚੁੱਕਾ ਜਿਹੜੇ ਵਿਲੇ ਰਹਿ ਕੇ ਧਰਨੀਆਂ 'ਚ ਰਹੇ ਨਹੀਂ ਉਹ ਧਰਨੀਆਂ ਤੇ ਰਹੇ ਉਹਨਾਂ ਨੂੰ ਧਰਨੇ ਲਈ ਜਾਂਦੇ ਆ ਜਿੰਨੇ ਧਰਨੇ ਲੱਗਦੇ ਪਏ ਨੇ ਚਾਹ ਬੰਦੀ ਸਿੰਘਾਂ ਲਾਲੋਚੇ ਕਿਸਾਨ ਬੋਲੋਂ ਲਾਲੋਚੇ ਕੁਝ ਛੋੜ ਲੋ ਕਿਸੇ ਨੇ ਪੰਜਾਬ ਦੀ ਉਮੰਤ ਦੀ ਗੱਲ ਨਹੀਂ ਕਰਨੀ ਇੱਕ ਇੱਕ ਪਰਸਨਲ ਸਵਾਲ ਪੰਜਾਬ ਦੀ ਤਰੱਕੀ ਦੀ ਗੱਲ ਨਹੀਂ ਕਰਨੀ ਕਿਸੇ ਨੇ ਕਰਨੀ ਪਰਸਨਲ ਸਵਾਲ ਤੁਹਾਡੇ ਤੋਂ ਪੁੱਛਦੀ ਆ ਪਰਸਨਲ ਸਵਾਲ ਇਹ ਹੈ ਕਿ ਕਿਤੇ ਨਾ ਕਿਤੇ ਜਦੋਂ ਤੁਸੀਂ ਪਹਿਲੇ ਇਦਾਂ ਦੀ ਸ਼ਬਦਾਵਲੀ ਦੀ ਵਰਤੋਂ ਕਰਦੇ ਸੀ ਤਾਂ ਤੁਹਾਨੂੰ ਲੰਬੀਆਂ ਲੰਬੀਆਂ ਯਾਨੀ ਕਿ ਕਮੈਂਟਸ ਦੇ ਵਿੱਚ ਲੋਕ ਗਾਲਾਂ ਕੱਢਦੇ ਨੇ ਤੁਹਾਡੀ ਸਾਈਡ ਨਹੀਂ ਲੈਂਦੇ ਤੁਹਾਨੂੰ ਜਿਹੜਾ ਕਿ ਨਕਾਰਿਆ ਜਾਂਦਾ ਹੈ ਨਾ ਤੇ ਅੱਜ ਤੁਸੀਂ ਮਤਲਬ ਉਹੀ ਸਰਕਾਰ ਦੇ ਨਾਲ ਖੜੇ ਹੋ ਕੇ ਸਰਕਾਰ ਦੇ ਨਾਲ ਹੀ ਆਵਾਜ਼ ਚੁੱਕ ਰਹੇ ਹੋ ਕਿ ਸਰਕਾਰ ਨੇ ਜੋ ਕੀਤਾ ਉਹ ਬਿਲਕੁਲ ਸਹੀ ਕੀਤਾ ਕਿ ਤੁਹਾਨੂੰ ਕੀ ਲੱਗਦਾ ਕਿ ਲੋਕ ਸਮਰਥਨ ਦੇ ਦੇਣਗੇ ਨਹੀਂ ਨਹੀਂ ਮੈਂ ਪਹਿਲਾਂ ਚੇਤਨਨ ਕਰਦੇ ਸੀ ਪੰਜਾਬ ਨੂੰ ਅਸੀਂ ਚੇਤਨਨ ਕਰਦੇ ਸੀ ਪਹਿਲਾਂ ਵੀ ਸਰਕਾਰਾਂ ਨੂੰ ਪੰਜਾਬੀਆਂ ਨੂੰ ਕਿ ਪੰਜਾਬ ਦਾ ਬੁਰਾ ਹਾਲ ਹੋ ਰਿਹਾ ਹੈ ਅਸੀਂ ਕਿਸਾਨ ਅੰਦੋਲਨ ਚ ਵੀ ਪਹਿਲਾਂ ਚੇਤਨਨ ਕੀਤਾ ਸੀ ਉਹੀ ਉਹੀ ਕੁਝ ਹੋਇਆ ਅਸੀਂ ਹੁਣ ਵੀ ਚੇਤਨਨ ਕੀਤਾ ਸੀ ਪਹਿਲਾਂ ਬੋਲ ਕੇ ਕਿ ਪੰਜਾਬ ਦਾ ਕਹਾਣ ਹੋ ਰਿਹਾ ਕਿਉਂਕਿ ਅਸੀਂ ਪੰਜਾਬ ਦਾ ਬਿਆਸੀ ਵਾਲਾ ਦੌਰ ਦੇਖਿਆ ਹੋਇਆ ਹੈ ਅਸੀਂ ਇਸ ਕਰਕੇ ਰੋਲਾ ਪਾਉਂਦੇ ਸੀ ਲੋਕ ਗਾਲਾਂ ਕੱਢਦੇ ਕੱਢੀ ਜਾਂ ਸਾਨੂੰ ਕੋਈ ਪੰਜਾਬ ਬਚਣਾ ਚਾਹੀਦਾ ਲੋਕ ਮੇਰੇ ਚਾਹ ਥੱਪੜ ਮਾਰ ਲੈਣ ਪੰਜਾਬ ਬਚਣਾ ਜ਼ਰੂਰੀ ਹੈ ਮੇਂਕ ਮੇਰੀ ਕੋਈ ਵੈਲਿਊ ਨਹੀਂ ਹੈ ਪੰਜਾਬ ਦੀ ਵੈਲਿਊ ਹੈ ਪੰਜਾਬ ਹੈਗਾ ਤਾਂ ਜਿਹੜੇ ਅਸੀਂ ਆ ਗਏ ਥੱਪਰ ਸਿਕਲ ਹੋ ਰਿਹਾ ਜਿਹੜੇ ਵੀ ਅੰਦੋਲਨ ਹੁੰਦੇ ਆ ਜਿਹੜੇ ਲੋਕ ਉਹਨਾਂ ਦੀ ਗਵਾਹੀ ਕਰਦੇ ਨੇ ਚਾਹੇ ਅਮਰਤਪਾਲ ਹੀ ਗਵਾਹੀ ਕਰ ਰਿਹਾ ਮੈਂ ਪੁੱਛਣਾ ਚਾਹਨਾ ਅਮਰਤਪਾਲ ਦਾ ਕਾਰੋਬਾਰ ਕੀ ਹੈ ਅਮਰਤਪਾਲ ਨੂੰ ਜਿਹੜਾ ਅੰਦੋਲਨ ਲਈ ਪੈਸਾ ਕਿੱਥੋਂ ਆਉਂਦਾ ਉਹਦੇ ਘਰ ਦਾ ਰੋਟੀ ਪਾਣੀ ਕਿੱਥੋਂ ਚੱਲਦਾ ਸਵਾਲ ਹੈ ਨਾ ਐਡਾ ਆਪਾਂ ਤਾਮ-ਜਾਮ ਚੱਕੀ ਫਿਰਦੇ ਆ ਪੈਸਾ ਕਿੱਥੋਂ ਆਉਂਦਾ ਇਹਦਾ ਮਲਕ ਕਿਤੋਂ ਕਿਤੋਂ ਪਿੱਛੋਂ ਕੋਈ ਏਜੰਸੀ ਪੈਸਾ ਪੀੜੀ 50 ਤੋਂ ਮਹਾਲ ਕਰ ਰਿਹਾ ਹੈ। ਉਹ ਵੀ ਕਹਿ ਰਹੇ ਨੇ ਕਿ ਪੰਜਾਬ ਦੀ ਨੌਜਵਾਨ ਇਹਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਅੰਮ੍ਰਿਤਪਾਲ ਵੱਲੋਂ ਕੀਤੀ ਜਾਂਦੀ ਸੀ ਨਸ਼ੇ ਛਡਵਾਉਣ ਦੇ ਲਈ ਅੰਮ੍ਰਿਤ ਇਹ ਨੌਜਵਾਨ ਕੌਣ ਨੇ? ਸਰਕਾਰਾਂ ਵੀ ਉਹਦੇ ਨਾਲ ਆ। ਅੰਮ੍ਰਿਤ ਸੰਚਾਰ ਕਰੇ ਉਹ ਚ ਕੋਈ ਦਿੱਕਤ ਨਹੀਂ ਹੈ। ਉਹ ਨਸ਼ੇ ਛਡਾਵੇ ਉਹ ਚ ਕੋਈ ਦਿੱਕਤ ਨਹੀਂ ਪਰ ਅੰਮ੍ਰਿਤ ਸੰਚਾਰ ਔਰ ਨਸ਼ੇ ਛਡਾਉਣ ਦੀ ਆੜ ਦੇ ਵਿੱਚ ਜਦੋਂ ਗੱਲ ਖਾਲਿਸਤਾਨ ਦੀ ਕਰੂਗਾ, ਜਦੋਂ ਉਹ ਕਰੰਸੀਆਂ ਛਾਪੂਗਾ, ਜਦੋਂ ਉਹ ਨਕਸ਼ੇ ਛਾਪੂਗਾ, ਜਦੋਂ ਉਹ ਏਕੇਐਫ ਬਣਾਊਗਾ ਫਿਰ ਉਹਦਾ ਵਿਰੋਧ ਆ ਕਿਤੇ ਨਾ ਕਿਤੇ ਇਸ ਲੱਗੀ ਇਸ ਗੱਲ ਦੀ ਜਦੋਂ ਸ਼੍ਰੀ ਗੁਰਗੰਨ ਸਾਹਿਬ ਦੀ ਛਤਰਛਾਇਆ ਹੇਠ ਹੈ ਅਜਨਾਲੇ ਥਾੜੇ ਤੇ ਹਮਲਾ ਕਰ ਦਿੱਤਾ ਜਾਂਦਾ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਰਿਆਂ ਦੀ ਆਸਥਾ ਜਿਨਨੇ ਵੀ ਸਨਾਤਨ ਧਰਮ ਨੂੰ ਪਿਆਰ ਕਰਦੇ ਆ ਗੁਰੂ ਨਾਮ ਨਾਮ ਲੇਵਾਲ ਲੋਗ ਨੇ ਉਹਨਾਂ ਦੀ ਸਾਰਿਆਂ ਦੀ ਗੁਰੂ ਗ੍ਰੰਥ ਸਾਹਿਬ ਚ ਆਸਤਾ ਤੁਸੀਂ ਦੇਖੋ ਹਰਮੰਦਰ ਸਾਹਿਬ 'ਚ ਅਗਰ ਦਿੱਲੀ ਦਾ 10000 ਬੰਦਾ ਸਿਰ ਝੁਕਾਂਦਾ ਹੋਊਗਾ ਤਾਂ ਵਿੱਚੋਂ 5-7000 ਹਿੰਦੂ ਸਮਾਜ ਦਾ ਵਿਅਕਤੀ ਹੋਊਗਾ ਮੈਂ ਇਦਾਂ ਕਾਂਗਾ ਮੈਂ ਸਿੱਖ ਹਿੰਦੂ ਸਿੱਖ ਵੀ ਗੱਲ ਹੀ ਕਰੂੰਗਾ ਅਗਰ 10000 ਵਿਅਕਤੀ ਉੱਥੇ ਮੱਥਾ ਸਿਰ ਝੁਕਾਂਦਾ ਹੋਊਗਾ ਤਾਂ 5000 ਪਗੜੀਦਾਰੀ ਹੋਊਗਾ ਤੇ 5000 ਬਿਨਾ ਪਗੜੀਦਾਰੀ ਹੋਊਗਾ ਇਹ ਨਾ ਗੱਲ ਕੀਤੀ ਜਾਵੇ ਗੱਲ ਤਾਂ ਕੀਤੀ ਜਾਂਦੀ ਤੇ ਪੰਜਾਬ ਦੀ ਤਰੱਕੀ ਦੀ ਗੱਲ ਤਾਂ ਕੀਤੀ ਜਾਂਦੀ ਤੇ ਪੰਜਾਬ ਦੀ ਉੰਤੀ ਦੀ ਜਿਹੜਾ ਨਾ ਮਾਹੌਲ ਹੈ ਉਹ ਆਨਲਾਈਨ ਖਰਾਬ ਹੈ ਆਫਲਾਈਨ ਮਾਹੌਲ ਬਿਲਕੁਲ ਖਰਾਬ ਨਹੀਂ ਹੈ ਅਸੀਂ ਇੱਕੋ ਹੀ ਜਗ੍ਹਾ ਤੋਂ ਗੋਲ ਗੱਪੇ ਖਾਂਦੇ ਹਾਂ ਇੱਕੋ ਜਗ੍ਹਾ ਤੋਂ ਕੱਪੜੇ ਲੈਂਦੇ ਹਾਂ ਇੱਕੋ ਜਗ੍ਹਾ ਬੈਠ ਕੇ ਅਸੀਂ ਹੱਸਦੇ ਖੇਡਦੇ ਆ ਸਾਡੇ ਬੱਚੇ ਤੂਸ਼ਨਾ ਸਕੂਲ ਸਾਰੇ ਸਿੱਖ ਸਮਾਜ ਦੇ ਬੱਚਿਆਂ ਨਾਲ ਹੀ ਕਰਦੇ ਆ ਅਸੀਂ ਇਕੱਠੇ ਮੇਰੀ ਗੱਲ ਸਮਝੋ ਅਸੀਂ ਇਕੱਠੇ ਉਤਸਵ ਮਨਾਉਂਦੇ ਆ ਅਸੀਂ ਸਾਡੇ ਸਿੱਖ ਪ੍ਰਾਮੰਧਰਾ ਚ ਜਾਂਦੇ ਤੇ ਸਾਡੇ Hindu ਭਾਈ ਗੁਰੂ ਘਰਾਂ ਚ ਜਾਂਦੇ ਆ ਉਹ ਜਾਗਰਣ ਕਰਾਉਂਦੇ ਆ ਸਿੱਖੰਡ ਪਾਠ ਦੇ ਭੋਗ ਪਾਉਣੇ ਕਿਤੇ ਤੁਹਾਨੂੰ ਇਦਾਂ ਲੱਗਿਆ ਕਿ ਮਤਲਬ ਇਹ ਇਸ ਅੰਮ੍ਰਿਤਪਾਲ ਤੇ ਹੋਈ ਕਾਰਵਾਈ ਤੋਂ ਬਾਅਦ ਕਿਤੇ ਤੁਹਾਨੂੰ ਤੁਹਾਡੇ ਪਰਿਵਾਰ ਦੇ ਬੱਚਿਆਂ ਨੂੰ ਕਿ ਕਿਸੇ ਤਰ੍ਹਾਂ ਦਾ ਕੋਈ ਡਰ ਰਹਾ ਹੈ ਕੋਈ ਮਤਲਬ ਸਿੱਖ ਪਾਈ ਵੱਲੋਂ ਜਾਂ ਕਿਸੇ ਵੀ ਭਰਾ ਵੱਲੋਂ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਕੋਈ ਇਦਾਂ ਦਾ ਕੁਝ ਨਹੀਂ ਹੈ ਬਿਲਕੁਲ ਬਿਲਕੁਲ ਇਦਾਂ ਦਾ ਕੁਝ ਨਹੀਂ ਹੈ ਯਾਨੀ ਕਿ ਜੋ ਇਹ ਕਹਿ ਰਹੇ ਨੇ ਬਿਲਕੁਲ ਸਹੀ ਹੈ ਬਿਲਕੁਲ ਬਿਲਕੁਲ ਇਦਾਂ ਦਾ ਕੁਝ ਨਹੀਂ ਹੈ ਮੈਂ ਤਾਂ ਅਗਰ ਤੁਹਾਨੂੰ ਪਿੱਛੇ ਸਾਡੇ ਇੱਕ ਦੋਸਤ ਹੈ ਜਸਪਾਲ ਬੰਟੀ ਜੀ ਉਹਨਾਂ ਦੇ ਬੇਟੇ ਦੀ ਮੈਰਿਜ ਸੀ ਤੁਹਾਨੂੰ ਪਤਾ ਉਹਦੇ ਮਿਲਣੇ ਕਿਹਦੀ ਹੋਈ ਸੀ ਪ੍ਰਧਾਨ ਜੀ ਦੀ ਮਨੇ ਗੱਲ ਸਮਝੋ ਸਾਡੇ ਲੋਕਲ ਬੇਚ ਕੁਛ ਨਹੀਂ ਹੈ ਮੇਰੇ ਦੋਸਤ ਸਿੱਖ ਫੈਮਲੀਆਂ ਤੋਂ ਹੈਗੇ ਨੇ ਬਚਪਨ ਦੇ ਦੋਸਤ ਨੇ ਅਸੀਂ ਲੋਕ ਇਕੱਠੇ ਰਹਿੰਦੇ ਆ ਫਿਰਦੇ ਆ ਇਵਨ ਤਾਂ ਕਿ ਜਦੋਂ ਪੁਲਿਸ ਦਾ ਪਰਚਾ ਵੀ ਹੋਣਾ ਕਦੀ ਭੈਣਾ ਪੈਣੀ ਕਿ ਤੇ ਲੁਕਣਾ ਪੈਂਦਾ ਸੀ ਸਰਦਾਰਾਂ ਦੇ ਕਿੱਸੇ ਉਹਨਾਂ ਦੇ ਘਰਾਂ ਹੀ ਬੈਜੀਦਾ ਜਾ ਕੇ ਇਦਾਂ ਦੀ ਕੋਈ ਗੱਲ ਨਹੀਂ ਹੈ ਸੱਪਰ ਸਾਹਿਬ ਬਿਲਕੁਲ ਸਹੀ ਕਹਿੰਦੇ ਆ ਆਨਲਾਈਨ ਮਾਹੌਲ ਖਰਾਬ ਹੈ ਸੋਸ਼ਲ ਮੀਡੀਆ ਚ ਮਾਹੌਲ ਖਰਾਬ ਹੈ ਆਫਲਾਈਨ ਕੁਛ ਨਹੀਂ ਹੈ ਸਾਡੇ ਵਪਾਰ ਸਾਂਝੇ ਆ ਪਹਿਲੀ ਗੱਲ ਸਮਝੋ ਅਸੀਂ ਲੱਖਾਂ ਕਰੋੜਾ ਰੁਪਏ ਦਾ ਵਪਾਰ ਕਰਦੇ ਆ ਆਪਸ ਦੇ ਵਿੱਚ ਸਾਡੇ ਵਪਾਰ ਸਾਂਝੇ ਨੇ ਬੜੀ ਵੱਡੀ ਗੱਲ ਹੈ ਇਹ ਸਾਡੇ ਚ ਵਿਸ਼ਵਾਸ ਨਾ ਹੋਵੇ ਆਪਸ ਸਾਡਾ ਪਿਆਰ ਨਾ ਹੋਵੇ ਤਾਂ ਵਪਾਰ ਕਿੱਦਾਂ ਹੋਊਗਾ 500 ਬੰਦਾ ਪੂਰੇ 3 ਕਰੋੜ ਬੰਦਿਆਂ ਚ 500 ਬੰਦਾ ਗੁੰਡਾ ਗੈਂਗ ਚਲਾ ਰਿਹਾ ਉਹ 500 ਬੰਦੇ ਨੂੰ ਸਰਕਾਰ ਕਾਬੂ ਕਰ ਲਵੇ ਨਾ ਪੰਜਾਬ ਚ ਕੁਝ ਵੀ ਨਹੀਂ ਸੋ ਗੱਲ ਕੀਤੀ ਅੱਜ ਅਸੀਂ शिवसेना ਪੰਜਾਬ ਦੇ ਮੈਂਬਰਾਂ ਦੇ ਨਾਲ ਜਿਨ੍ਹਾਂ ਨੇ ਕਿਹਾ ਕਿ ਅਮਰਿਤਪਾਲ ਤੇ ਜੋ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਉਹ ਬਹੁਤ ਸਹੀ ਕਾਰਵਾਈ ਕੀਤੀ ਗਈ ਹੈ ਤੇ ਉਹ ਕਿਸੇ ਵੀ ਤਰ੍ਹਾਂ ਇਸ ਕਾਰਵਾਈ ਨੂੰ ਗਲਤ ਨਹੀਂ ਕਹਿੰਦੇ ਉਹ ਕਹਿੰਦੇ ਨੇ ਕਿ ਅਮਰਿਤਪਾਲ ਨੂੰ ਜਲਦ ਤੋਂ ਜਲਦ ਪੰਜਾਬ ਸਰਕਾਰ ਹੈ ਜਿਹੜਾ ਕਿ ਫੜ ਕੇ ਜੇਲ੍ਹ ਦੇ ਵਿੱਚ ਭੇਜੇ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਨਾ ਹੋ ਸਕੇ